ਟਾਈਮ ਹੁੰਦਾ ਪਹਿਲਾਂ ਬਜ਼ੁਰਗ ਖੇਡਦੇ ਹੁੰਦੇ ਉਦੋਂ ਕਹਿੰਦੇ ਬਸ ਕੱਲਾ ਪਹਿਲਾਂ ਸ਼ਾਬਾਸ਼ੀ ਦੇ ਕੇ ਮੋੜ ਦਿੰਦੇ ਥਾਪੀ ਫਿਰ ਉਦੋਂ ਬਾਅਦ ਸ਼ਾਰਟਾਂ ਆ ਗਈਆਂ ਕੌਲੀਆਂ ਭਾਂਡੇ ਇਹ ਚੀਜ਼ਾਂ ਦੀ ਵੀ ਕਹਿੰਦੇ ਕੁੱਡੀ ਹੁੰਦੀ ਸੀ ਆਪਾਂ ਸੁਣੀ ਹੈ ਦੇਖੀ ਨਹੀਂ ਹੈਨਾ ਜੀ ਪਰ ਮੈਂ ਪਹਿਲੀ ਵਾਰ ਜਦੋਂ ਸਕੂਲ ਚੋਂ ਸਾਨੂੰ 28 ਦੰਦਾਂ ਚ ਲੈ ਕੇ ਗਏ ਨੇ ਮੇਰਾ ਖਿਆਲ 28 ਪਤਾ ਨਹੀਂ 26 ਦੰਦ ਹੁੰਦੇ ਨੇ ਦਿਆਲਪੁਰਾ ਸਕੂਲ ਚ ਮੈਂ 5ਵੀਂ ਕਲਾਸ ਚ ਪੜਦਾ ਸੀ ਉਦੋਂ ਮੈਂ ਪਹਿਲੀ ਵਾਰ ਪੈਨ ਤੇ ਕਾਪੀ ਜਿੱਤ ਕੇ ਆਇਆ ਸੀ ਹਮ ਮੇਰੀ ਟੀਮ ਪਿੰਡ ਦੀ ਫਸਟ ਲੈ ਕੇ ਆਏ ਸੀ ਤੇ ਉਹ ਕਹਿੰਨ ਦਾ ਆਪਾਂ ਵੀ ਉਦੋਂ ਆ ਫਿਰ ਮੈਂ 2007 ਖੇਡਣਾ ਪੈਣਾ ਲੱਗਿਆ ਸੀ 2008 'ਚ ਮੈਂ ਜਾਨਕੀ ਵਧੀਆ ਜਿੱਤਣ ਲੱਗ ਗਿਆ ਉੱਪਰ ਦੇ ਮੈਂ ਜਿੱਤਣ ਲੱਗ ਗਿਆ ਅਸੀਂ ਰਤੀਏ ਜਾਖੰਦਦੀ ਖੇਡੇ ਉਹ ਟਾਈਮ 'ਚ ਅੱਠ 'ਚ ਮੰਨ ਲਓ ਮੈਂ ਆਰੋ ਜਿੱਤੇ ਸੀ ਮੈਂ ਤੇ ਲੁਧਰ ਦੋਨੇ ਬੈਸਟ ਸੀ 6-6 ਵੱਡੀਆਂ ਸੀ ਸਾਡੀਆਂ ਤੇ ਬੈਸਟ ਦੀ ਕਹਿਣ ਦਾ ਭਾਵ ਇਹ ਹੈ ਵੀ 8 9 10 ਇਹ 11 ਗੂਰਾਂ ਤੋਂ ਮੇਰਾ ਖਿਆਲ ਹੈ 12 ਤੋਂ ਬਾਅਦ ਮੋਟਰਸਾਈਕਲਾਂ ਦਾ ਦੌਰ ਜ਼ਿਆਦਾ ਚੱਲ ਪਿਆ ਤੇ 8-8 'ਚ ਆਰੋ ਵਾਸ਼ਿੰਗ ਮਸ਼ੀਨਾਂ ਕੂਲਰ ਫ੍ਰਿਜ ਐਲਸੀਡੀਆਂ ਇਹ ਚੀਜ਼ਾਂ ਹੁੰਦੀਆਂ ਸੀ ਤੇ ਮੋਸਟਲੀ ਮੇਰਾ ਖਿਆਲ ਹੈ ਵੀ ਅਸੀਂ ਜਿੱਥੇ ਵੀ ਖੇ ਤੋਂ 45 42 ਅਸੀਂ ਫਰਸਟ ਹੁੰਦੇ ਸੀ ਤੇ ਉਹਨਾਂ ਦੇ ਵਿੱਚੋਂ ਮੇਰਾ ਖਿਆਲ ਲੱਗ ਭਾਗ ਜਾਂ ਸੱਤੂ ਬੈਸਟ ਜਾਂ ਗਲਾਬਲ ਰਾਜਾ ਮੈਂ ਵੀ 20 ਤੱਕ 20 ਕਪਾਂ ਦਾ ਮੈਂ ਮੰਨ ਲੇ ਕਿ ਟੂਰਨਾਮੈਂਟ ਦਾ ਬੈਸਟ ਹੁੰਦੇ ਹੀ ਹੁੰਦਾ ਸੀ ਜਾਂ ਮੁੰਦੀਆਂ ਹੁੰਦੀਆਂ ਸੀ ਬਾ ਇਹ ਚੀਜ਼ਾਂ ਹੁੰਦੀਆਂ ਸੀ ਉਦੋਂ ਅੱਜ ਕੀ ਲੱਗਦਾ ਹੈ ਕਬੱਡੀ ਦੇ ਵਿੱਚ ਵੀ ਆ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਇੰਨਾ ਲੰਮਾ ਐਕਸਪੀਰੀਅੰਸ ਹੋ ਗਿਆ ਕਬੱਡੀ ਦੇ ਵਿੱਚ ਹਨ ਐਂ ਲੱਗ ਵੱਡੇ ਵੱਡੇ ਮੇਲੇ ਵੱਡੇ ਵੱਡੇ ਕੱਪ ਤੁਸੀਂ ਦੇਖ ਲੇ ਸੁਣ ਲੱਗਦਾ ਵੀ ਆ ਚੀਜ਼ਾਂ ਨੇ ਯਾਰ ਇਹ ਚੀਜ਼ਾਂ ਨੇ ਕਬੱਡੀ ਨੂੰ ਘੁਣਵਾ ਖਾਣੀਆਂ ਸ਼ੁਰੂ ਕਰ ਦਿੱਤੀਆਂ ਦੇਖੋ ਜੀ ਗੱਲ ਇਹ ਹੋ ਗਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਕਬੱਡੀ ਐ ਮੈਂ ਮੈਂ ਦੇਖੀ ਐ ਖੇਡਦੇ ਖੇਡਦੇ ਜਿਹੜਾ ਗੁਜ਼ਰ ਰਹੇ ਹਾਂ ਵਿੱਚ ਮੈਂ ਅੱਠ ਚ ਜਾਨੀ ਕੋ ਚਲੋ ਓਪਨ ਜਿੱਤਣ ਲੱਗ ਗਿਆ ਸੀ ਮੇਰਾ ਖਿਆਲ 14-15 ਸਾਲ ਹੋ ਗਏ ਜੀ ਖੇਡਦੇ ਨੂੰ ਮੈਨੂੰ ਕਬੱਡੀ ਪਰ ਸਭ ਤੋਂ ਜਿਹੜੀਆਂ ਗੱਲਾਂ ਨੇ ਵੀ ਇੱਕ ਤਾਂ ਕਬੱਡੀ ਇਹ ਹੋ ਗਈ ਪਹਿਲਾਂ ਜਿੱਥੇ ਟੂਰਨਾਮੈਂਟ ਰੱਖ ਸੀ 플레이ਰ ਆਪ ਚੱਲ ਕੇ ਜਾਂਦੇ ਸੀ ਹਾਂ ਠੀਕ ਐ ਉਹ ਸਭ ਤੋਂ ਵਧੀਆ ਗੱਲ ਸੀ ਕੋਈ ਟਾਈਮ ਸਿਰ ਪਹੁੰਚ ਜਾਂਦੇ ਸੀ ਟਾਈਮ ਸਿਰ ਮੈਚ ਮੁਕਦੇ ਸੀ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਕੋਈ ਉਹ ਚੀਜ਼ਾਂ ਨਹੀਂ ਹੈਗੀਆਂ ਬੱਲੇ ਬੱਲੇ ਫੋਕੀ ਬੱਲੇ ਹੁਣ ਲੋਕ ਫੋ ਹੁਣ ਰੈਫਰੀ ਆ ਜੇ ਉੱਥੇ ਮੰਨ ਕੇ ਚਲੋ ਮੈਂ ਮੈਂ ਮੇਰੇ ਏਰੀਆ ਦੇ ਟੂਰਨਾਮੈਂਟ ਹੈ ਮੈਂ ਇਹ ਏਰੀਆ ਦਾ ਰੈਫਰੀ ਆ ਤਾਂ ਮੈਂ ਇੱਥੇ ਠੇਕੇਦਾਰ ਹੂੰਗਾ ਜੇ ਮੈਂ ਇਹ ਏਰੀਆ ਦਾ ਕਮੈਂਟਰ ਆ ਤਾਂ ਮੈਂ ਏਰੀਆ ਦਾ ਮੰਨ ਕੇ ਚਲੋ ਠੇਕੇਦਾਰ ਹੂੰ ਵਿੱਚ ਜਿਹੜੇ ਪਲੇਅਰ ਨੇ ਜਿਹੜੇ ਸਹੀ ਪਲੇਅਰ ਨੇ ਜਨੂਨ ਉਹ ਨਹੀਂ ਕੰਮ ਕਰਦੇ ਪਰ ਵਿੱਚ ਨਾਮ ਪਲੇਅਰ ਹੈ ਪਰ ਕੋਈ ਖੇਡੀ ਨਹੀਂ ਹੂੰ ਨਾਂ ਕੋਚ ਹੈ ਕੋਚਿੰਗ ਦਾ ਪਤਾ ਨਹੀਂ ਉਹ ਠੇਕੇਦਾਰ ਹੋਗੇ ਹੂੰ ਸਾਨੂੰ ਨਾ ਮੇਰੀ ਗੱਲ ਹੁਣ ਜਿਹੜੇ ਬੰਦੇ ਨੇ ਕਬੱਡੀ ਖੰਡਾਈ ਆ ਮੈਂ ਮੇਰੀ ਨਿਗਾਚ ਨੇ ਕਬੱਡੀ ਜਿਹੜੇ ਰੈਫਰੀ ਕਰ ਦਿੰਨੇ ਮੰਨ ਕੇ ਚੱਲੋ ਜਿਹੜੇ ਪਲੇਅਰ ਨੇ ਘੱਟੋ ਘੱਟ 10 ਸਾਲ ਗਰਾਊਂਡਾਂ 'ਚ ਛੇਤਰ ਖਾਦਾ ਠੀਕ ਆ ਛੇਤਰ ਮਾਰਿਆ ਤੇ ਦੂਤੀ ਬੋਲੀ ਆ ਵੀ ਹਾਂ ਬੰਦਾ ਵਾਕੀ ਪੁਆਇੰਟ ਲੈਂਦਾ ਰਿਹਾ ਉਹ ਬੰਦੇ ਚਲੋ ਘਰੋਂ ਹੈੱਡ ਵਾਸਤੇ ਫਿਰਦੇ ਆ ਬੱਚਿਆਂ ਵਾਸਤੇ ਫਿਰਦੇ ਆ ਉਹਨਾਂ ਦਾ ਹੱਕ ਬਣਦਾ ਉਹਨੂੰ ਅੱਗੇ ਲੈ ਕੇ ਆਓ ਵਿੱਚ ਮੇਰੇ ਆਰਗੈਨਿਕ ਕਦੇ ਕੱਪੜੇ ਨਹੀਂ ਲਾਏ ਹੁੰਦੇ ਉਹ ਉਹ ਹੈੱਡ ਹੁੰਦਾ ਉਹ ਰੈਫਰੀਆਂ ਦਾ ਜਿਹੜੇ ਪਲੇਅਰ ਨੇ 10 ਸਾਲ ਕਬੱਡੀਆਂ ਪਾਈਆਂ 10 ਸਾਲ ਜੱਫੇ ਲਾਏ ਉਹ ਤਾਂ ਖੜਦਾ ਉਹਦੇ ਬਣੀ ਦੇਖਦਾ ਵੀ ਇਹਦੀ ਗੱਲ ਸੁਣਾ ਇੱਕ ਪਾ ਕੇ ਕੋਟ ਪੈਂਟ ਟਰੈਕਸੂਟ ਖੜਿਆ ਕੋਚ ਹੋ ਬਣ ਰਿਹਾ ਰੈਫਰੀ ਉਹ ਹੈੱਡ ਕਹ ਹੁੰਦਾ ਇਹ ਚੀਜ਼ਾਂ ਪਿੱਛੇ ਲੈ ਕੇ ਆ ਗਈਆਂ ਅਸਲ ਚਾਹੀਦਾ ਸੀ ਜਿਹੜੇ ਪਲੇਅਰ ਨੇ ਜੇ ਮੈਂ 10 ਸਾਲ ਗਲੇ ਤਾਂ ਮੈਨੂੰ ਮੈਨੂੰ ਉਹ ਚੀਜ਼ ਪੁੱਛੀ ਜਾ ਵੀ ਕਬੱਡੀ ਕਿਵੇਂ ਹੋਊਗੀ ਪੁੱਛੀ ਉਹਨੂੰ ਜਾਂਦੀ ਹੈ ਇਹਨੂੰ ਜੁਬਾਨੀ ਪਰੇ ਚ ਉਹਨੇ ਗੇੜਾ ਵੀ ਨਹੀਂ ਦਿੱਤਾ ਹੁਣ ਉੱਥੋਂ ਦੀ ਹੂੰ ਵੀ ਕਬੱਡੀ ਹੁੰਦੀ ਗਈ ਐ ਦੇਖ ਕੇ ਚੈਨਲਾਂ ਦੇ ਲਾਈਵ ਦੇਖ ਕੇ ਗਾਹਾਂ ਲਿੰਕ ਬਣ ਗਏ ਜੇ ਹੁਣ ਮੇਰਾ ਕੋਈ ਖਾਸ ਐ ਚਲੋ ਮੈਂ ਮਾੜੀ ਮੁੱਟੀ ਕਬੱਡੀ ਖੇਡਣਾ ਮੇਰਾ ਕੋਈ ਖਾਸ ਐ ਮੈਂ ਆਪਣੇ ਖਾਸ ਨੂੰ ਮੂਰੇ ਲੈ ਕੇ ਆਉ ਹੂੰ ਇਹ ਇਹ ਚੀਜ਼ਾਂ ਹੋ ਗਈਆਂ ਕਬੱਡੀ ਦੇ ਵਿੱਚ ਜਿਵੇਂ ਆਮ ਲੋਕਾਂ ਦੇ ਵਿੱਚ ਸਹਿਨਸ਼ੀਲਤਾ ਘਟ ਰਹੀ ਐ ਚਲੋ ਕੁਝ ਤਾਂ ਇਹ ਲਾ ਲੂ ਪਹਿਲਾਂ ਪਤਾ ਨਹੀਂ ਲੱਗੇ ਸੋਸ਼ਲ ਮੀਡੀਆ ਕਰਕੇ ਹੁਣ ਤੁਹਾਨੂੰ ਇਹ ਨਹੀਂ ਲੱਗਦਾ ਵੀ ਖਿਡਿਆਰੀ ਵੀ ਸਹਿਨਸ਼ੀਲ ਨਹੀਂ ਰਹੇ ਯਾਰ ਜਦ ਮੈਂ ਪੰਜਾਬੀ ਚ ਕਹਿੰਦੇ ਨੇ ਦੋਨੇ ਸਿਰ ਇੱਕ ਨਹੀਂ ਹੁੰਦੇ ਇੱਕ ਪਲੇਅਰ ਐ 1 ਵਜੇ ਖੇਡਣ ਲੱਗ ਗਿਆ ਉਹਨੂੰ ਸ਼ਾਮ ਦੇ 8 ਵਜੇ ਹੂੰ ਸਮਝ ਗਏ ਮੇਰੀ ਗੱਲ 8 ਵਜੇ ਐਂਡ ਤੇ ਜਾ ਕੇ ਇੱਕ ਇੱਕ ਨੰਬਰ ਦਾ ਫਰਕ ਹੁੰਦਾ ਰੈਫਰੀ ਚੱਕ ਕੇ ਬਿਨਾ ਸੁਣੇ ਬਿਨਾ ਦੇਖੇ ਬਿਨਾ ਸੋਚੇ ਪੈਂਡ ਦੇ ਹੁੰਦਾ ਹੂੰ ਤੇ ਜਿਹੜਾ 1 ਵਜੇ ਦਾ 8 ਵਜੇ ਤੱਕ ਜੋਰ ਵੱਜਿਆ ਮੈਂ ਨਹੀਂ ਕਹਿੰਦਾ ਵੀ ਜੇ ਸਹੀ ਹੈ ਤਾਂ ਸਹੀ ਦੇ ਦਿਓ ਨੋ ਪ੍ਰੋਬਲਮ ਹਾਰ ਕੇ ਸਕੂਨ ਹੈ ਕਈ ਥਾਂ ਮੈਂ ਨਹੀਂ ਕਹਿੰਦਾ ਵੀ ਇੱਕ ਟੂਰਨਾਮੈਂਟ ਦੇ ਲੱਕ ਹਜ਼ਾਰਾਂ ਦੇ ਟੂਰਨਾਮੈਂਟਾਂ 'ਤੇ ਇਹ ਗੱਲਾਂ ਹੋਈਆਂ ਨੇ ਵੀ ਜਿੱਥੇ ਰੈਫਰੀ ਨੇ ਮੈਚ ਹਰਾਤੇ ਤੇ ਬਾਅਦ 'ਚ ਹੁਣ ਤਾਂ ਲੁਕਦੀਆਂ ਵੀ ਨਹੀਂ ਗਲਤੀਆਂ ਲਾਈਵ ਦੇਖਦਾ ਅਗਲਾ ਸ਼੍ਰੇਮ ਹਾਂ ਪਲੇਅਰ ਦੇਖਦੇ ਨੇ ਸਲੋ ਮੋਸ਼ਨ ਕਰ ਲੈਣੇ ਹੁਣ ਮਹਿੰਗੇ ਮੋਬਾਈਲ ਨੇ ਸਲੋ ਮੋਸ਼ਨ ਐ ਉਹ ਚ ਕੱਲਾ ਕੱਲਾ ਕਰੈਕਟਰਾਂ ਵਾਂਗੂ ਪਤਾ ਲੱਗਦਾ ਵੀ ਟੱਚ ਲੱਗਿਆ ਜਾਂ ਨਹੀਂ ਲੱਗਿਆ ਕੀ ਗੱਲਬਾਤ ਹੈ ਫਿਰ ਉਦੋਂ ਬਾਅਦ ਚਲ ਕਹ ਫਿਰ ਰੈਫਰੀ ਇੱਕ ਦੂਜੇ ਨੂੰ ਕਹਿੰਦੇ ਨੇ ਮੈਂ ਅਸੀਂ ਡਿਸਕਸ ਕਰਕੇ ਦਿੱਤਾ ਉਹਨੇ ਦੇਤਾ ਫਿਰ ਇਹ ਗੱਲਾਂ ਰਹਿ ਜਾਂਦੀਆਂ ਨੇ ਪਰ ਇਹ ਗੱਲਾਂ ਮੈਂ ਕਹਿੰਦਾ ਵੀ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਪਤਾ ਲੱਗਾ ਵੀ ਕੋਈ ਪੈਂਡ ਕਨਫਿਊਜ਼ਨ ਪ੍ਰੋਪਰ ਪੈਂਡ ਦੇ ਕੇ ਦੇ ਕੇ ਦੇਖੇ ਚੱਲਦੇ ਮੈਚ 'ਚ ਹੀ ਕਹਿੰਦੇ ਨੇ ਹਾਂਜੀ ਆ ਰੀਪਲੇ ਇੱਧਰ ਐ ਇੱਕ ਹੋਰ ਤੇ ਰ ਐ ਬਾਈ ਇਹ ਕੰਮ ਕਰ ਦਿੰਦੇ ਨੇ ਬਸ ਹਟਾ ਸੱਟਾ ਹੀ ਚੱਲਦਾ ਮੈਂ ਨਹੀਂ ਮੇਰਾ ਮੈਂ ਕਈ ਥਾਂ ਮੈਂ ਦੇਖਿਆ ਵੀ ਜੇ ਕੋਈ ਮੈਨੂੰ ਕੋਈ ਚੈਲੰਜ ਵੀ ਕਰੂਗਾ ਇਸ ਚੀਜ਼ ਦਾ ਵੀ ਅਸੀਂ ਪੈਂਡ ਸਹੀ ਦਿੰਨੇ ਆ ਮੈਂ ਕਹਿੰਦਾ ਸੋਸ਼ਲ ਮੀਡੀਆ ਦੇ ਘੱਟ ਘੱਟ ਪਾਈਆਂ ਪਈਆਂ ਨੇ ਚੀਜ਼ਾਂ ਉਹ ਮੁੰਡਾ ਸੀ ਲੱਧੂ ਬਾਸ ਵਾਲਾ ਉਹ 33 ਸਕੰਡਾਂ ਦੀ ਰੇਡ ਹੋਈ ਪਈ ਐ ਮੈਂ ਜਿਹੇ ਜੀ ਮੈਂ ਦੇਖੀ ਐ 31 33 ਸਕੰਡਾਂ ਦੀ 30 ਸਕੰਡਾਂ ਦੀ ਰੇਡ ਉਹ 33 ਮਿੰਟਾਂ ਦੇ ਮੰਨ ਕੇ ਚੱਲੋ ਰੈਫਰੀ ਮੈਂ ਨਹੀਂ ਕਹਿੰਦਾ ਦੇਖ ਰੀਡਰ ਆਪਦਾ ਜ਼ੋਰ ਮਾਰੀ ਜਾਂਦਾ ਜਾਫੀ ਆਪਦਾ ਮਾਰੀ ਜਾਂਦਾ ਸਾਰੇ ਆਪਣੇ ਭਰਾ ਨੇ ਹਨਾ ਉਹ ਗੱਲ ਨਹੀਂ ਹੈਗੀ ਪਰ ਉਹ ਜਦੋਂ ਲਾਹੌਰ ਕੱਪ ਖੇਡਣ ਗਏ ਆ ਪਾਕਿਸਤਾਨ ਵਾਲਾ ਕੰਮ ਕਰਤਾ 33 ਸੈਕਿੰਡ ਉਸ ਤੇ 33 ਹੋ ਗਏ ਇਹ ਚੀਜ਼ਾਂ ਨਹੀਂ ਚਾਹੀਦੀਆਂ ਆਖਰ ਨੂੰ ਜਿਹੜਾ ਕੋਈ ਵੀ ਬੰਦਾ ਹੈਗਾ ਖੇਡਣ ਆਉਂਦਾ ਮੈਂ ਨਹੀਂ ਕਹਿੰਦਾ ਮੈਂ ਖੇਡਣ ਜਾਣਾ ਮੇਰੇ ਨਾਲ ਤਾਂ ਕਹੋਗਾ ਮਾੜਾ ਹੈ ਜਾਂ ਸਾਨੂੰ ਕੋਈ ਜਿੱਤੇ ਆਉਂਦਾ ਉਹ ਵੀ ਮਾੜਾ ਹੈ ਮੈਂ ਕਹਿੰਦਾ ਬਈ ਗਰਾਊਂਡ 'ਚ ਮੱਲਾ ਮੈਚ ਖਤਮ ਹੋ ਜਾਇਆ ਚਾਹੇ ਹਰ ਜੇ ਚਾਹੇ ਮੈਂ ਜਿੱਤ ਗਏ ਮੈਂ ਖੜ ਜਾਣਾ ਮੈਂ ਰੈਫਰੀ ਨੂੰ ਸਵਾਹ ਕਰਨ ਲੱਗ ਜਾਣਾ ਮੈਂ ਯਾਰ ਮੈਨੂੰ ਉਹ ਪੈਂਟ ਦੀ ਕਨਫਿਊਜ਼ਨ ਲੱਗੀ ਫਿਰ ਮੰਦੇ ਵੀ ਨੇ ਸੱਤ ਬਾਈ ਹੁਣੀ ਨੇ ਡੈਣੀ ਬਾਈ ਹੁਣੀ ਨੇ ਜਿਹੜੇ ਮੱਲਾ ਪੁਰਾਣੇ ਪਲੇਅਰ ਨੇ ਡੋਗਰ ਉਸਤਾਦ ਹੁਣੀ ਨੇ ਹਨਾ ਮੈਂ ਖੜ ਕੇ ਮੈਂ ਪੁੱਛ ਲੈਣਾ ਯਾਰ ਵੀ ਇਹ ਪੈਂਟ ਕਿਵੇਂ ਸੀ ਹੱਸਣ ਲੱਗ ਜਾਨਾ ਕਹਿੰਦੇ ਹਾਂ ਹੋ ਜਾ ਦੇਖੋ ਰੈਫਰੀ ਰੱਬ ਥੋੜੂ ਨੇ ਹੂੰ ਇਹ ਰੱਬ ਥੋੜੂ ਨੇ ਬਿਨਾਂ ਤੋਂ ਪੈਂਟ ਸਾਰੇ ਨੇ ਮੈਂ ਜਿੰਨਾਂ ਨਾਲ ਮੇਰੀ ਮਿੱਤਰਤਾ ਮੈਂ ਖੜ ਜਾਣਾ ਹਨਾ ਮਾਹਿਰੋ ਪੈਂਟ ਜੇ ਕਿਵੇਂ ਲੱਗਿਆ ਫਿਰ ਕਹਿੰਦੇ ਨੇ 50-50 ਹੋ ਜਾਂਦਾ ਜਾਂ ਡਿਸਕਸ ਕਰ ਲੈਣੇ ਜਾਂ ਮੰਨ ਲੈ ਉਹ ਨਹੀਂ ਵੀ ਰੈਫਰੀ ਕਰਦੇ ਹੁੰਦੇ ਮੰਨ ਲੈ ਜਿਹੜੇ ਮੈਂ ਨਾਂ ਲਿਆ ਨਹੀਂ ਵੀ ਰੈਫਰੀ ਕਰਦੇ ਉਹ ਦੇਖੀ ਜਾਂਦੇ ਨੇ ਪਤਾ ਰੈਫਰੀ ਨੂੰ ਵੀ ਆਪ ਚ ਲੱਗ ਜਾਂਦਾ ਵੀ ਆਪਣੇ ਆਪ ਪਲੇ ਨੇ ਬੰਦੇ ਨੇ ਰੈਫਰੀ ਨੇ ਪੈਂਟ ਗਲਤ ਦੇ ਦਾ ਰੈਫਰੀ ਆਪ ਚ ਪਤਾ ਹੁੰਦਾ ਇਹਨਾਂ ਨੂੰ ਚੱਲ ਫਿਰ ਜਿਵੇਂ ਕਹਿੰਦਾ ਹੁੰਦੇ ਨੇ ਇਹਨਾਂ ਦੀ ਭਾਈ ਤੂੰ ਤੀ ਬੋਲਦੀ ਆ ਕੋਈ ਬੋਲਦਾ ਨਹੀਂ ਟੂਰਨਾਮੈਂਟ ਖਰਾਬ ਹੁੰਦਾ ਇਹ ਰੌਲਾ ਪੈਂਦਾ ਹਨਾ ਚੱਲ ਕਈ ਵਾਰੀ ਇਹ ਵੀ ਹੁੰਦਾ ਵੀ ਜੇ ਇੱਕ ਪੈਂਟ ਗਲਤ ਦਿੱਤਾ ਗਿਆ ਜਿਹੜਾ ਸਿਆਣਾ ਰੈਫਰੀ ਹੈ ਉਹ ਕੋਸ਼ਿਸ਼ ਕਰਦਾ ਵੀ ਮੈਂ ਕਿਤੇ ਨਾ ਕਿਤੇ ਕੱਢਦਾ ਇਹ ਵੀ ਚੀਜ਼ਾਂ